ਜਦੋਂ ਤੋਂ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਪੰਜਾਬ ਦਾ ਸੀਐਮ ਬਣਾਇਆ ਹੈ ਉਦੋਂ ਤੋਂ ਪੰਜਾਬ ਦੇ ਲੋਕਾਂ ਦੇ ਲਈ ਚੰਨੀ ਹੈਰਾਨੀ ਦਾ ਸਬੱਬ ਬਣੇ ਹੋਏ ਨੇ ਜਿਸ ਤਰੀਕੇ ਦੇ ਨਾਲ ਸੀਐਮ ਚੰਨੀ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਆਮ ਲੋਕਾਂ ਵਾਂਗ ਵਿਚਰ ਰਹੇ ਨੇ ਇਹ ਲੋਕਾਂ ਨੂੰ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਅੱਜ ਤੱਕ ਨਾ ਹੀ ਪੰਜਾਬ ਦੇ ਲੋਕਾਂ ਨੇ ਅਜਿਹਾ ਸੀਐਮ ਵੇਖਿਆ ਹੋਣਾ ਜੋ ਚਾਹ ਦੀ ਦੁਕਾਨ ਤੇ ਬੈਠ ਕੇ ਆਮ ਲੋਕਾਂ ਨਾਲ ਚਾਹ ਪੀਂਦਾ ਹੈ ਸਟੇਜ ਤੇ ਭੰਗੜਾ ਪਾਉਂਦਾ ਹੈ ਤੇ ਕਦੇ ਆਪਣੀ ਗੱਡੀ ਰੋਕ ਕੇ ਨਵੇਂ ਵਿਆਹੇ ਜੋੜੇ ਨੂੰ ਸ਼ਗਨ ਪਾਉਣਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਲੋਕਾਂ ਨੂੰ ਦੱਸਣਾ ਆਪਣੀ ਸਿਕਿਉਰਿਟੀ ਘਟਾਉਣਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹੁਣ ਉਹਨਾਂ ਦੀ ਇੱਕ ਨਵੀਂ ਤਸਵੀਰ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ ਇਹ ਤਸਵੀਰ ਹੈ 1 ਅਕਤੂਬਰ ਦੀ ਜਦੋਂ ਸੀਐਮ ਚੰਨੀ ਪੀਐਮ ਮੋਦੀ ਨੂੰ ਮਿਲਣ ਦਿੱਲੀ ਗਏ ਸਨ ਪਰ ਦਿੱਲੀ ਜਾਣ ਦਾ ਉਹਨਾਂ ਦਾ ਅੰਦਾਜ਼ ਸਭ ਨੂੰ ਖੂਬ ਪਾ ਗਿਆ ਦਰਅਸਲ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਜਾਣ ਦੇ ਲਈ ਜਹਾਜ਼ ਦੀ ਇਕਾਨਮੀ ਕਲਾਸ ਦੇ ਵਿੱਚ ਬਿਨਾਂ ਸਿਕਿਉਰਿਟੀ ਦੇ ਜਾਣ ਨੂੰ ਪਹਿਲ ਦਿੱਤੀ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ ਪਰ ਲੋਕ ਪੁੱਛ ਰਹੇ ਨੇ ਕਿ ਇਹ ਸਭ 2022 ਦੀ ਚੋਣਾਂ ਤੱਕ ਹੀ ਸੀਮਤ ਰਹੇਗਾ ਜਾਂ ਉਸ ਤੋਂ ਬਾਅਦ ਵੀ ਜਾਰੀ ਰਹੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਆਸ ਤਾਂ ਕੀਤੀ ਜਾ ਸਕਦੀ ਹੈ ਕਿ ਸੀਐਮ ਦੇ ਵੱਲੋਂ ਇਸ ਤਰ੍ਹਾਂ ਦੇ ਫੈਸਲੇ ਹਮੇਸ਼ਾ ਲਏ ਜਾਂਦੇ ਰਹਿਣਗੇ ਤੇ ਹੀ ਨਹੀਂ ਜਨਤਾ ਦੀ ਬਿਹਤਰ ਜ਼ਿੰਦਗੀ ਦੇ ਲਈ ਹੋਰ ਫੈਸਲਿਆਂ ਨਾਲ ਵੀ ਸੀਐਮ ਚੰਨੀ ਸਾਰਿਆਂ ਨੂੰ ਇੱਕ ਪੋਜ਼ਿਟਿਵ ਵੇ ਦੇ ਨਾਲ ਹੈਰਾਨ ਕਰਦੇ ਰਹਿਣਗੇ ब्यूरो रिपोर्ट NC7 न्यूज़।